ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ 'ਤੇ ਸਵਾਗਤ ਹੈ ਤੁਹਾਡਾ ਸਭ ਦਾ। ਅੱਜ 30 ਜਨਵਰੀ ਰਾਤ ਦੇ ਮੌਸਮ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਅੱਜ ਦੇਰ ਸ਼ਾਮ ਤੋਂ ਕੀ ਮੌਸਮ ਦੀ ਹਾਲਚਾਲ ਹੈ ਕੱਲ੍ਹ ਸਵੇਰ ਤੱਕ। ਇਸ ਸਕਰੀਨ 'ਤੇ ਤੁਹਾਨੂੰ ਜ਼ਿਲ੍ਹੇਵਾਰ ਮੈਪ ਦਿਖਾਵਾਂਗੇ ਤਾਂ ਜੋ ਇੱਕ ਆਈਡੀਆ ਅਨੁਮਾਨ ਮਿਲ ਸਕੇ ਵੀ ਕਿਹੜੇ ਕਿਹੜੇ ਹਿੱਸਿਆਂ ਦੇ ਵਿੱਚ ਅੱਜ ਰਾਤ ਤੋਂ ਮੌਸਮੀ ਗੜਬੜ ਜਾਂ ਹਲਚਲ ਸ਼ੁਰੂ ਹੋਵੇਗੀ। ਸੋ ਪਹਿਲਾਂ ਹੁਣ ਗੱਲ ਕਰੀਏ, ਫਿਲਹਾਲ ਜਿਹੜਾ ਦੇਰ ਸ਼ਾਮ ਜਾਂ ਰਾਤ ਦੇ ਪਹਿਲੇ ਘੰਟੇ ਨੇ ਤਾਂ ਉਹਨਾਂ ਵਿੱਚ ਮੌਸਮ ਠੀਕ ਠਾਕ ਬਣਿਆ ਰਹੂ, ਕੋਈ ਜ਼ਿਆਦਾ ਵੱਡੀ ਮੌਸਮੀ ਹਲਚਲ ਨਹੀਂ ਹੈ। ਪਰ 10-11 ਵਜੇ ਦੇ ਬਾਅਦ ਤੋਂ ਜਦ ਦੀ ਰਾਤ ਦੇ ਆਸ ਪਾਸ ਤੋਂ ਪੰਜਾਬ ਦੇ ਵਿੱਚ ਬੱਦਲਾਂ ਦੀ ਜਿਹੜੀ ਆਵਾਜਾਈ ਉਹ ਸ਼ੁਰੂ ਹੋ ਜਾਵੇਗੀ, ਟੁੱਟਵੇਂ ਰੂਪ ਵਿੱਚ ਪੰਜਾਬ ਦੇ ਉੱਪਰ ਦੀ ਟੁੱਟ ਬੱਦਲਵਾਈ ਗੁਜਰੇਗੀ, ਜਿਹਦੇ ਚੱਲਦੇ ਪੰਜਾਬ ਵਿੱਚ ਥੋੜ੍ਹੇ ਬਹੁਤ ਮੀਂਹ ਦੇ ਸਪੈਲ ਲੱਗਣੇ, ਹਲਕੇ ਫੁਲਕੇ ਮੀਂਹ ਦੇ ਛਰੱਟ ਜਾਂ ਦਰਮਿਆਨੇ ਛੋਟੇ ਮੋਟੇ ਸਪੈਲ ਲੱਗਣ ਦੇ ਚਾਂਸ ਬਣੇ ਹੋਏ ਨੇ। ਸੋ ਇਹਦੇ ਵਿੱਚ ਜਿਹੜੇ ਇਲਾਕੇ ਪ੍ਰਭਾਵਿਤ ਹੋਣ ਦੇ ਸਾਰ ਨੇ, ਉਹਦੇ ਵਿੱਚ ਫਾਜ਼ਿਲਕਾ, ਮੁਕਤਸਰ ਸਾਹਿਬ ਹੋ ਗਿਆ, ਬਠਿੰਡਾ ਹੋ ਗਿਆ, ਮਾਨਸਾ, ਬਰਨਾਲਾ, ਮੋਗਾ ਜ਼ਿਲ੍ਹਾ, ਫਿਰੋਜ਼ਪੁਰ, ਲੁਧਿਆਣੇ ਦੇ ਇਲਾਕੇ ਹੋ ਗਏ, ਜਲੰਧਰ, ਕਪੂਰਥਲਾ ਹੋ ਗਿਆ, ਤਰਨ ਤਾਰਨ ਸਾਹਿਬ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੇ ਇਲਾਕੇ। ਸੋ ਇਹ ਹਿੱਸਿਆਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਟੁੱਟਵੇਂ ਪੈਚ ਰੂਪ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ, ਮਤਲਬ ਕਿ ਜ਼ਿਲ੍ਹੇ ਦੇ ਕੁਝ ਭਾਗਾਂ ਵਿੱਚ ਮੀਂਹ ਪੈ ਸਕਦਾ, ਇਹਨਾਂ ਦੇ ਕੁਝ ਭਾਗ ਖੁਸ਼ਕ ਰਹਿਣਗੇ। ਸੋ ਅਜਿਹੇ ਰੂਪ ਵਿੱਚ ਜਿਹੜਾ ਮੌਸਮ ਜਿਹੜਾ ਸਿਸਟਮ ਆ ਅੱਜ ਤੋਂ ਰਾਤ ਤੋਂ ਆਪਣੀ ਸ਼ੁਰੂਆਤ ਕਰ ਦੇਵੇਗਾ। ਹਾਲਾਂਕਿ ਕੋਈ ਬਹੁਤ ਜ਼ਿਆਦਾ ਵੱਡੇ ਤਕੜੇ ਮੌਸਮੀ ਹਲਚਲ ਹੋਣ ਦੇ ਚਾਂਸ ਘੱਟ ਨੇ ਫਿਲਹਾਲ ਹਲੇ, ਪਰ ਜਿਉਂ ਜਿਉਂ ਸਮਾਂ ਰਾਤ ਤੋਂ ਅੱਗੇ ਸਵੇਰ ਵੱਲ ਵਧੇਗਾ ਤਾਂ ਇਹ ਸਿਸਟਮ ਥੋੜ੍ਹਾ ਜਿਹਾ ਹੋਰ ਜ਼ਿਆਦਾ ਤਕੜਾ ਹੁੰਦਾ ਜਾਵੇਗਾ, ਆਪਣਾ ਪ੍ਰਭਾਵ ਜ਼ਿਆਦਾ ਦਿਖਾਵੇਗਾ ਅਤੇ ਕੱਲ੍ਹ 31 ਜਨਵਰੀ ਨੂੰ ਸਵੇਰ ਤੋਂ ਲੈ ਕੇ 1 ਫਰਵਰੀ ਦੀ ਸਵੇਰ ਤੱਕ ਇਹ ਸਿਸਟਮ ਆਪਣੇ ਸਿਖਰਾਂ 'ਤੇ ਹੋਵੇਗਾ ਅਤੇ ਜਿਹਦੇ ਚੱਲਦੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਤਕੜੀਆਂ ਮੌਸਮੀ ਹਲਚਲਾਂ ਜਾਂ ਕਾਰਵਾਈਆਂ ਮੀਂਹ ਦੇ ਰੂਪ ਵਿੱਚ ਦੇਖਣ ਨੂੰ ਮਿਲ ਸਕਦੇ ਨੇ, ਗੜੇਮਾਰੀ ਤੋਂ ਵੀ ਇਨਕਾਰ ਨਹੀਂ ਹੈ। ਬਾਕੀ ਹਵਾਵਾਂ ਦੇ ਵਿੱਚ ਵੀ ਫੇਰਬਦਲ ਹੋ ਜਾਵੇਗਾ, ਪੂਰਬੀ ਹਵਾਵਾਂ ਚੰਗੇ ਪੱਧਰ 'ਤੇ ਵਾਪਸੀ ਕਰਨਗੀਆਂ, ਤੇਜ਼ ਰੂਪ ਵਿੱਚ ਹਵਾਵਾਂ ਚੱਲਣ ਦੇ ਵੀ ਚਾਂਸ ਨੇੜੇ ਉਹ ਬਣੇ ਹੋਏ ਨੇ। ਅਤੇ ਰਾਤ ਦੇ ਟੈਂਪਰੇਚਰ ਦੀ ਗੱਲ ਕਰੀਏ ਤਾਂ ਰਾਤ ਦਾ ਜਿਹੜਾ ਟੈਂਪਰੇਚਰ ਹੈ ਘੱਟੋ ਘੱਟ ਲਗਭਗ 5-7 ਡਿਗਰੀ ਦੇ ਆਸ ਪਾਸ ਰਹੇਗਾ, ਸ਼ੀਤ ਲਹਿਰ ਵਰਗੇ ਹਾਲਾਤ ਨਹੀਂ ਹੋਣਗੇ, ਠੰਡੀਆਂ ਹਵਾਵਾਂ ਨਹੀਂ ਵਗਣਗੀਆਂ, ਜਿਸ ਕਰਕੇ ਠੰਡ ਤੋਂ ਤਾਂ ਰਾਹਤ ਮਿਲੇਗੀ ਅਤੇ ਟੈਂਪਰੇਚਰ ਵੀ ਫਿਲਹਾਲ ਜਿਹੜਾ ਠੀਕ ਠਾਕ ਬਣਿਆ ਰਹੂਗਾ, ਪਿਛਲੀਆਂ ਰਾਤਾਂ ਦੇ ਮੁਕਾਬਲੇ 1-2 ਡਿਗਰੀ ਟੈਂਪਰੇਚਰ ਵੱਧ ਕੇ ਹੀ ਰਹੇਗਾ। ਅਤੇ ਉਸ ਤੋਂ ਬਾਅਦ ਕੱਲ੍ਹ ਸਵੇਰ ਦੀ ਅਪਡੇਟ ਕੱਲ੍ਹ ਦੀ ਵੀਡੀਓ ਵਿੱਚ ਲੈ ਕੇ ਹਾਜ਼ਰ ਹੋਵਾਂਗੇ। ਸੋ ਤੱਕ ਲਈ ਇਜਾਜ਼ਤ ਦਿਓ, ਧੰਨਵਾਦ ਜੀ।